ਇਤਿਹਾਸਕ ਸ਼ਹਿਰ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਵੱਖ-ਵੱਖ ਮੁਲਕਾਂ ਦੇ ਕਾਉਂਸਲਟ ਆਫਿਸ ਵੀਜ਼ਾ ਦਫ਼ਤਰ ਅਤੇ ਟੂਰਿਜ਼ਮ ਦਫ਼ਤਰ ਖੋਲੇ ਜਾਣ ਦੇ ਕਈ ਵਾਰ ਐਲਾਨ ਕੀਤੇ ਜਾਣ ਦੇ ਬਾਵਜੂਦ ਅਜੇ ਤੱਕ ਜ਼ਮੀਨੀ ਪੱਧਰ ਤੇ ਕੋਈ ਕਾਰਵਾਈ ਨਹੀਂ ਕੀਤੀ ਗਈ ਇਸੇ ਤਰ੍ਹਾਂ ਕੈਨੇਡਾ ਵੱਲੋਂ ਵੀ ਅੰਮ੍ਰਿਤਸਰ ਦੇ ਵਿੱਚ ਡਿਪਟੀ ਹਾਈ ਕਮਿਸ਼ਨ ਖੋਲਣ ਦਾ ਐਲਾਨ ਕੀਤਾ ਗਿਆ ਸੀਗਾ ਪਰ ਇਹ ਵੀ ਨਹੀਂ ਖੋਲਿਆ ਜਾ ਸਕਿਆ ਉਕਤ ਦੇ ਇਲਾਵਾ ਯੂਰੋਪੀ ਦੇਸ਼ ਬੁਲਗਾਰੀਆ ਵੱਲੋਂ ਸਾਲ 2015 ਚ ਪੱਕੇ ਤੌਰ ਤੇ ਐਲਾਨ ਕੀਤਾ ਗਿਆ ਸੀਗਾ ਕਿ ਉਹ ਅੰਮ੍ਰਿਤਸਰ ਸਮੇਤ ਭਾਰਤ ਦੇ 5 ਸ਼ਹਿਰਾਂ ਦੇ ਵਿੱਚ ਆਪਣੇ ਵੀਜ਼ਾ ਦਫ਼ਤਰ ਸਾਲ 2016 ਦੀ ਸਮਾਪਤੀ ਤੋਂ ਪਹਿਲਾਂ ਖੋਲੇਗਾ ਇਸੇ ਤਰ੍ਹਾਂ ਅਮਲੇਸ਼ੀਆ ਟੂਰਿਜ਼ਮ ਮੰਤਰਾਲਾ ਦੇ ਵੱਲੋਂ ਵੀ ਸਾਲ 2017 ਚ ਕੋਲਕਾਤਾ ਤੇ ਅੰਮ੍ਰਿਤਸਰ ਦੇ ਵਿੱਚ ਆਪਣੇ ਟੂਰਿਜ਼ਮ ਦਫ਼ਤਰ ਸਥਾਪਿਤ ਕਰਨ ਦਾ ਐਲਾਨ ਕੀਤਾ ਗਿਆ ਸੀ ਪਰ ਕੋਈ ਕਾਰਵਾਈ ਨਹੀਂ ਹੋਈ ਪਾਕਿਸਤਾਨ ਸਥਿਤ ਗੁਰਦੁਆਰਾ ਸਾਹਿਬ ਅਤੇ ਪ੍ਰਾਚੀਨ ਮੰਦਰਾਂ ਦੇ ਦਰਸ਼ਨ ਦੇ ਲਈ ਜਾਣ ਦੇ ਇਸ਼ਕ ਪੰਜਾਬ ਦੇ ਸਿੱਖ ਅਤੇ ਹਿੰਦੂਆਂ ਦੀ ਸਹੂਲਤ ਦੇ ਲਈ ਪਾਕਿਸਤਾਨ ਦਾ ਵੀਜ਼ਾ ਦਫ਼ਤਰ ਅੰਮ੍ਰਿਤਸਰ ਖੋਲਣ ਦੇ ਵੀ ਕਈ ਵਾਰ ਐਲਾਨ ਕੀਤੇ ਗਏ ਨੇ ਜਾਣਕਾਰਾਂ ਦਾ ਮੰਨਣਾ ਹੈ ਕਿ ਅੰਮ੍ਰਿਤਸਰ ਦਾ ਰੁਤਬਾ ਤੇ ਅਹਿਮੀਅਤ ਕਿਸੇ ਸੂਬੇ ਦੀ ਰਾਜਧਾਨੀ ਤੋਂ ਵੀ ਕਿਤੇ ਵੱਧ ਹੈ ਅਤੇ ਜੇਕਰ ਅੰਮ੍ਰਿਤਸਰ ਦੇ ਵਿੱਚ ਉਕਤ ਮੁਲਕਾਂ ਦੇ ਕਾਉਂਸਲਟ ਜਾਂ ਵੀਜ਼ਾ ਦਫ਼ਤਰ ਖੋਲੇ ਜਾਂਦੇ ਨੇ ਤਾਂ ਇਸ ਦਾ ਵੱਡਾ ਫਾਇਦਾ ਪੰਜਾਬੀਆਂ ਨੂੰ ਹੋਣਾ ਹੈ ਇਸ ਦੇ ਨਾਲ ਹੀ ਪੰਜਾਬ ਵਾਸੀਆਂ ਨੂੰ ਦਿੱਲੀ ਨਹੀਂ ਜਾਣਾ ਪਏਗਾ